ਬਾਬੇ ਨਾਨਕ ਦਾ ਸਿਧਾਂਤ ਆ ਹਾਂਜੀ ਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਖਾਦ ਆਪਣੀ ਤਿਆਰ ਕਰੋ ਬਰਮੀ ਕੰਪੋਸਟ ਆਪਣੀ ਤਿਆਰ ਕਰੋ ਜੀ ਜਿਹਦੇ ਕੋਲ ਪਸ਼ੂ ਨਹੀਂ ਗਡੋਏ ਨਹੀਂ ਹੈਗੇ ਗੋਹਾ ਨਹੀਂ ਹੈਗਾ ਉਹ ਆ ਵੇਸਟੇਜ ਬਾਬਾ ਜੀ ਕੋਲ ਮੈਂ ਦੱਸ ਰਿਹਾ ਸੀ ਵੀ ਕਾਲੀ ਕਣਕ ਦਾ ਫਾਇਦਾ ਕੀ ਆ ਜਿਵੇਂ ਕੈਂਸਰ ਦੇ ਜਰਮਸ ਪੈਦਾ ਹੁੰਦੇ ਆ ਬੋਡੀ ਦੇ ਅੰਦਰ ਠੀਕ ਆ ਉਹ ਪੈਦਾ ਨਹੀਂ ਹੋਣ ਦਿੰਦਾ ਜੀ ਸ਼ੂਗਰ ਪੇਸ਼ੈਂਟ ਵਾਸਤੇ ਸੋਨਾ ਮੋਤੀ ਦੀ ਕਣਕ ਬਹੁਤ ਚੰਗੀ ਆ ਖਪਲੀ ਕਣਕ ਦੇ ਵਿੱਚ ਮਿਨਰਲਸ ਬਹੁਤ ਜ਼ਿਆਦਾ ਨੇ ਠੀਕ ਆ ਵਿਟਾਮਿਨਸ ਬਹੁਤ ਜ਼ਿਆਦਾ ਨੇ ਜ਼ਮੀਨਾਂ ਵਾਲੇ ਕਿਉਂ ਨੀ ਪਹੁੰਚ ਸਕਦੇ ਜੀ ਜਿਹਦਾ ਗੁਜ਼ਾਰਾ ਇੱਥੇ ਮਤਲਬ ਨਹੀਂ ਚੱਲਦਾ ਉਹ ਬਾਹਰ ਜਾਵੇ ਕਮਾਈ ਕਰਕੇ ਆਪਣੇ ਵਤਨ ਪਰਤੇ ਉੱਥੇ ਦਾ ਵਸਨੀਕ ਨਾ ਹੋਵੇ ਬਿਲਕੁਲ ਆਪਣਾ ਆਪਣੀ ਮਿੱਟੀ ਨਾ ਛੱਡੋ ਵੀਡੀਓ ਦੇਖ ਰਿਹਾ ਸੀ ਮੇਰੇ ਭਰਜਾਈ ਬਾਹਰ ਲੰਡਨ ਚੋਂ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਜ਼ਰੂਰ ਜਾ ਕੇ ਆਇਓ ਤੇ ਉੱਥੋਂ ਕੋਈ ਪੌਦ ਦੀ ਕਲਮ ਕੋਈ ਨਵੀਂ ਲੈ ਕੇ ਆਉਣੀ ਆ ਜੀ ਇੱਕ ਜੰਗਲ ਦਾ ਸਿਧਾਂਤ ਦਾ ਸੁਪਨਾ ਆਇਆ ਜੀ ਉਹ ਵੀ ਬਾਬਾ ਜੀ ਦਾ ਆਸ਼ੀਰਵਾਦ ਹੁਣ ਮਿਲ ਜਾਣਾ ਜੀ ਅਸੀਂ ਹੁਣ ਕਰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਬਾਬਾ ਜੀ ਨੂੰ ਕਾਫੀ ਜਾਣੇ ਮਿਲਣ ਆਏ ਹੋਏ ਆ ਇੱਥੇ ਤੇ ਬਾ ਕਾਫੀ ਕਾਫੀ ਦੂਰੋਂ ਆਏ ਆ ਇੱਧਰ ਮੈਡਮ ਹੁਣੀ ਆਏ ਆ ਅਮਰੀਕਾ ਤੋਂ ਤੁਸੀਂ ਅਮਰੀਕਾ ਤੋਂ ਆਏ ਜੀ ਹਾਂਜੀ ਹਾਂਜੀ ਤੇ ਉਦਾਂ ਤੁਹਾਡਾ ਪਿੰਡ ਕਿਹੜਾ ਜੀ ਰਾਪੋਰਿਆ ਅੱਛਾ ਜੀ ਅੱਛਾ ਅੱਛਾ ਨਹੀਂ ਚਲੋ ਬਹੁਤ ਵਧੀਆ ਤੇ ਬਹੁਤ ਸੋਹਣਾ ਲੱਗਾ ਇਹ ਜਾਣ ਕੇ ਵੀ ਜਿੱਦਾਂ ਤੁਸੀਂ ਕਹਿੰਦੇ ਸੀ ਵੀ ਸਾਰੀਆਂ ਵਲੌਗਸ ਵੀਡੀਓਜ਼ ਜਿਹੜੀਆਂ ਦੇਖਦੇ ਆ ਤੁਸੀਂ ਤੇ ਬੜੀ ਇੱਛਾ ਹੋਈ ਤੁਹਾਡੀ ਮਿਲਣ ਦੀ ਤੇ ਗੱਲਬਾਤ ਕਰਨ ਦੀ ਤੇ ਹੋਰ ਵੀ ਇੱਧਰ ਸੱਜਣ ਆਏ ਹੋਏ ਆ ਇੱਧਰ ਅੰਕਲ ਜੀ ਹੁਣਾਂ ਨਾਲ ਆਂਟੀ ਹੁਣਾਂ ਗੱਲ ਹੋ ਰਹੀ ਸੀ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਰ ਹੁਣੀ ਆਏ ਆ ਜੀ ਫਗਵਾੜੇ ਤੋਂ ਤੇ ਨਾਲੇ ਪਿੰਡ ਮੇਲੀ ਜੀ ਮੇਲੀ ਹਾਂਜੀ ਬਿਲਕੁਲ ਜੀ ਤੇ ਇਹ ਕਾਫੀ ਜਿੱਦਾਂ ਹੁਣ ਗੱਲਾਂ ਕਰ ਰਹੇ ਸੀਗੇ ਆਪਾਂ ਤੇ ਮੈਂ ਮੇਰੀ ਵੀ ਬੜੀ ਇੱਛਾ ਹੋਈ ਜਾਣਨ ਦੀ ਕਿ ਇਹਨਾਂ ਕੋਲ ਜਾਣੀਏ ਕਿ ਵੀ ਇਹਨਾਂ ਦਾ ਪ੍ਰੋਫੈਸ਼ਨ ਕੀ ਆ ਪਤਾ ਲੱਗਾ ਵੀ ਜਿੱਦਾਂ ਖੇਤੀਬਾੜੀ ਵਿੱਚ ਹੀ ਇਹਨਾਂ ਦਾ ਇੰਟਰਸਟ ਆ ਔਰਗੈਨਿਕ ਖੇਤੀਬਾੜੀ ਜਾਂ ਹੋਰ ਵੀ ਜਿੱਦਾਂ ਕੰਮ ਕਰਦੇ ਇਹ ਖੇਤੀ ਦੇ ਰਿਲੇਟਡ ਤੇ ਸਰ ਮੈਨੂੰ ਦੱਸੋ ਤੁਸੀਂ ਜਿੱਦਾਂ ਆਪਣਾ ਕਾਹਦਾ ਕਾਰੋਬਾਰ ਆ ਕਾਹਦਾ ਕੰਮ ਆ ਖੇਤੀਬਾੜੀ ਵਿੱਚ ਜਿੱਦਾਂ ਨੈਚੁਰਲ ਤੁਸੀਂ ਕਰਦੇ ਆ ਔਰਗੈਨਿਕ ਖੇਤੀਬਾੜੀ ਇਹਦੇ ਬਾਰੇ ਕੁਛ ਚਾਨਣਾ ਪਾਓ ਸਾਨੂੰ ਬਾਬੇ ਨਾਨਕ ਦਾ ਸਿਧਾਂਤ ਆ ਹਾਂਜੀ ਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਹਾਂਜੀ ਠੀਕ ਹੈ ਜੀ ਅੱਜ ਦੇ ਸਮੇਂ ਨੇ ਜਿਹੜੀ ਹਰੀ ਕ੍ਰਾਂਤੀ ਨੇ ਇਹ ਲਿਆ ਤਾ ਕਿ ਜਿਹੜਾ ਖੇਤੀ ਦਾ ਧੰਦਾ ਲਾਹੇਵੰਦ ਨਹੀਂ ਰਿਹਾ ਹਾਂਜੀ ਪਰ ਜੇ ਤੁਸੀਂ ਦਿਲ ਤੋਂ ਖੇਤੀ ਕਰਦੇ ਆ ਔਰ ਖੇਤੀ ਦੇ ਨਾਲ ਜੁੜੇ ਹੋਰ ਬਹੁਤ ਸਹਾਇਕ ਧੰਦੇ ਆ ਜਿਨ੍ਹਾਂ ਨੂੰ ਤੁਸੀਂ ਅਪਣਾ ਕੇ ਸਭ ਤੋਂ ਵਧੀਆ ਗੱਲ ਹੈ ਕਿ ਆਪਦੀ ਸਿਹਤ ਦਾ ਆਪਦੇ ਪਰਿਵਾਰ ਦੀ ਔਰ ਹੋਰ ਲੋਕਾਂ ਦੀ ਸਿਹਤ ਵੀ ਤੰਦਰੁਸਤ ਬਣਾ ਸਕਦੇ ਹਾਂ ਜੀ ਜਿਹਦੇ ਵਿੱਚ ਜਿਵੇਂ ਅਸੀਂ ਡੈਰੀ ਫਾਰਮਿੰਗ ਦਾ ਕੰਮ ਕਰਦੇ ਹਾਂ ਜੀ ਨਾਲ ਖੇਤੀ ਕਰਦੇ ਹਾਂ ਤਿੰਨ ਖੇਤ ਸਰਟੀਫਾਈਡ ਨੇ ਔਰਗੈਨਿਕ ਪੰਜਾਬ ਐਗਰੋ ਤੋਂ ਔਰ ਉਹਦੇ ਵਿੱਚ ਅਸੀਂ ਖਪਲੀ ਕਣਕ ਕਾਲੀ ਕਣਕ ਸੋਨਾ ਮੋਤੀ ਕਣਕ ਇਹਦੀ ਬਿਜਾਈ ਕਰਦੇ ਹਾਂ ਜੀ ਅਸੀਂ ਠੀਕ ਹੈ ਜੀ ਹੈ ਨਾ ਜੀ ਇਹਦੀ ਬੜੀ ਦੂਰੋਂ ਦੂਰੋਂ ਡਿਮਾਂਡ ਆ ਰਹੀ ਹੈ ਵੀ ਸਾਨੂੰ ਬਿਜਾਈ ਸਮੇਂ ਹੀ ਡਿਮਾਂਡ ਆ ਜਾਂਦੀ ਹੈ ਸਭ ਤੋਂ ਵਧੀਆ ਗੱਲ ਇਹ ਹੈ ਜੀ ਦੂਸਰਾ ਨਾਲ ਵਰਮੀ ਕੰਪੋਜ਼ ਤਿਆਰ ਕਰਦੇ ਹਾਂ ਅਰਥਬਾਮ ਆਪਦੇ ਪਾਲਦੇ ਹਾਂ ਜੀ ਠੀਕ ਹੈ ਠੀਕ ਹੈ ਜੀ ਨਾਲ ਥੋੜ੍ਹਾ ਜਿਹਾ ਸ਼ੌਂਕ ਹੈ ਬਾਗ ਦਾ ਸਾਡੀ ਅੱਲ ਵੀ ਫੁੱਲਾਂ ਵਾਲੇ ਪਈ ਉਹ ਮੇਲੀ 'ਚ ਕਿਸੇ ਨੂੰ ਨਾ ਪਤਾ ਹੋਵੇ ਲੇਕਿਨ ਉਹਨਾਂ ਨੇ ਇਹ ਪੁੱਛ ਲਓ ਵੀ ਅਸੀਂ ਫੁੱਲਾਂ ਵਾਲਿਆਂ ਦੇ ਜਾਣਾ ਉਹ ਭੇਜ ਦਿੰਦੇ ਆ ਜੀ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਫੁੱਲਾਂ ਦੀ ਖੇਤੀ ਕਾਫੀ ਵੱਡੇ ਪੱਧਰ 'ਤੇ ਕਰਦੇ ਰਹੇ ਹਾਂ ਜੀ ਠੀਕ ਹੈ ਜੀ ਅਤੇ ਬਸ ਸ਼ੌਂਕ ਆ ਜੀ ਜੇ ਇੱਕ ਜੰਗਲ ਦਾ ਸਿਧਾਂਤ ਦਾ ਸੁਪਨਾ ਆਇਆ ਜੀ
ਉਹ ਵੀ ਬਾਬਾ ਜੀ ਦਾ ਆਸ਼ੀਰਵਾਦ ਹੁਣ ਮਿਲ ਜਾਣਾ ਜੀ, ਅਸੀਂ ਹੁਣ ਕਰ ਜਲਦੀ ਤੋਂ ਜਲਦੀ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਠੀਕ ਹੈ ਜੀ, ਨਹੀਂ ਬਹੁਤ ਬਸ ਅੱਜ ਮਿਲਣ ਵਾਸਤੇ ਹੀ ਆਏ ਸੀ ਜੀ। ਬਸ ਮੈਂ ਇਹੀ ਪੁੱਛਣ ਲੱਗਾ ਜੀ, ਤੁਸੀਂ ਖਾਸ ਤੌਰ 'ਤੇ ਬਾਬੇ ਨੂੰ ਮਿਲਣ ਵਾਸਤੇ ਆਏ ਸੀ ਜੀ? ਨਹੀਂ, ਚਲੋ ਮੈਂ ਉੱਦਾਂ ਆਪਣੇ ਸਾਰੇ ਹੀ ਵਿਊਸ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਜਿੱਦਾਂ ਬਾਬਾ ਜੀ ਨੂੰ ਜਿੱਦਾਂ ਵੀਡੀਓਜ਼ ਆਪਾਂ ਪਾਉਂਦੇ ਹਾਂ ਅਤੇ ਕਾਫੀ ਦੂਰੋਂ ਦੂਰੋਂ ਮਤਲਬ ਕਿ ਮਿਲਣ ਆਉਂਦੇ ਲੋਕ, ਅਤੇ ਬਹੁਤ ਚੰਗਾ ਲੱਗਦਾ ਅੱਜ ਮੈਂ ਪਹਿਲੀ ਵਾਰੀ, ਮੈਨੂੰ ਲੱਗਦਾ ਬਾਬਾ ਜੀ ਕੋਈ ਮੈਨੂੰ ਇੱਥੇ ਟੱਕਰਿਆ, ਮਤਲਬ ਬਾਈ ਕੋ ਇੰਸੀਡੈਂਸ ਕਹਿ ਲਓ ਜਾਂ ਜਿੱਦਾਂ ਬਾਈ ਚਾਂਸ ਕਹਿ ਲਓ, ਅਤੇ ਬਹੁਤ ਸੋਹਣਾ ਲੱਗਦਾ, ਮੈਨੂੰ ਵੀ ਬਹੁਤ ਸੋਹਣਾ ਲੱਗਦਾ। ਅਤੇ ਇੱਕ ਮੈਂ ਜਿੱਦਾਂ ਨਾ ਗੱਲ ਕਰਨੀ ਚਾਹੁੰਦਾ ਸੀ ਆਪਣੇ ਸਾਰੇ ਵਿਊਸ ਦੇ ਨਾਲ, ਮੈਂ ਕੁਛ ਕੁ ਜਿੱਦਾਂ ਸਾਲਾਂ ਤੋਂ, ਖਾਸ ਕਰਕੇ ਜਿੱਦਾਂ ਕਹਿ ਸਕਦਾ ਵੀ 2 ਸਾਲਾਂ ਤੋਂ ਕਾਫੀ ਇੱਦਾਂ ਦੇ ਸੱਜਣਾਂ ਨੂੰ ਮਿਲਿਆ ਜਿਹੜੇ ਇਸ ਬੂਟਿਆਂ ਦੇ ਜਾਂ ਔਰਗੈਨਿਕ ਖੇਤੀ ਦੇ ਉਹਦੇ ਮਤਲਬ ਕੰਮ ਕਾਰ ਦੇ ਵਿੱਚ ਮਤਲਬ ਕਿ ਆਪਣਾ ਯੋਗਦਾਨ ਪਾ ਰਹੇ ਆ, ਅਤੇ ਬਹੁਤ ਚੰਗਾ ਲੱਗਦਾ ਕਿ ਪੰਜਾਬ ਦੇ ਵਿੱਚ ਇੱਦਾਂ ਦੇ ਇੰਟਰਸਟ ਹੈਗੇ ਆ, ਮਤਲਬ ਕਿ ਲੋਕਾਂ 'ਚ ਇੱਦਾਂ ਦੇ ਇੰਟਰਸਟ ਹੈਗੇ ਆ। ਅਤੇ ਕਾਫੀ ਜਿੱਦਾਂ ਛੋਟੀ ਉਮਰ ਦੇ ਵਿੱਚ ਜਿੱਦਾਂ ਰਣਜੋਤ ਸਿੰਘ, ਤੁਸੀਂ ਇੱਕ ਵੀਡੀਓ ਦੇਖੀ ਹੋਣੀ ਜਿਹੜੀ ਹੁਣੇ ਪਾਈ, ਅਤੇ ਉਹ ਵੀ ਕਾਫੀ ਇੰਟਰਸਟਡ ਆ, ਉਹਨਾਂ ਨੇ ਵੀ ਕੁਛ ਲਗਾਇਆ ਹੋਇਆ ਜਿੱਦਾਂ ਆਪਣਾ, ਚਲੋ ਉਹ ਤਾਂ ਇੱਕ ਸਟੱਡੀ ਵੀ ਕਰ ਰਹੇ ਸੀ, ਇੱਕ ਤਰ੍ਹਾਂ ਦਾ ਕਹਿ ਸਕਦੇ ਵੀ ਸਰਟੀਫਾਈਡ ਵੈਦ ਆ ਉਹ, ਸਟੱਡੀ ਕਰ ਰਹੇ ਆ। ਅਤੇ ਬਹੁਤ ਸੋਹਣਾ ਲੱਗਦਾ ਬਾਬਾ ਜੀ ਨੂੰ ਇਹਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ, ਇਸ ਕਰਕੇ ਕਿਉਂਕਿ ਇਹਨਾਂ ਨੇ ਜਿੰਨਾ ਮੈਨੂੰ ਟਾਈਮ ਦਿੱਤਾ ਉਹਦੇ ਕਰਕੇ ਹੀ ਇਹ ਜਿੱਦਾਂ ਮੇਲ ਮਿਲਾਪ ਹੋ ਰਿਹਾ ਸਾਰਿਆਂ ਨਾਲ। ਅਤੇ ਮੈਂ ਉੱਦਾਂ ਬਾਬਾ ਜੀ ਦੀ ਵੀਡੀਓ ਦੇਖ ਰਿਹਾ ਸੀ ਮੇਰੇ ਭਰਜਾਈ ਬਾਹਰ ਲੰਡਨ 'ਚੋਂ, ਹਾਂਜੀ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਜ਼ਰੂਰ ਜਾ ਕੇ ਆਇਓ ਅਤੇ ਉੱਥੋਂ ਕੋਈ ਪੌਦ ਦੀ ਕਲਮ ਕੋਈ ਨਵੀਂ ਲੈ ਕੇ ਆਉਣੀ ਆ। ਅੱਛਾ ਜੀ। ਪਰ ਲਗਭਗ ਜਿੰਨੀਆਂ ਕੁ ਮੈਂ ਦੇਖੀਆਂ ਉਨੀਆਂ ਤਕਰੀਬਨ ਹੈਗੀਆਂ ਹੀ ਅਵੇਲੇਬਲ, ਐਕਸਟਰਾ ਜਿਹੜੀਆਂ ਕੋਈ ਹੋਰ ਹੋਣਗੀਆਂ ਬਾਬਾ ਜੀ ਦੇਣ ਸੇਧ ਸਾਨੂੰ, ਅਸੀਂ ਉਹ ਵੀ ਤਿਆਰ ਕਰ ਦੇਵਾਂਗੇ। ਹਾਂਜੀ, ਤੇ ਜਿਵੇਂ ਪਰ ਜਾਤ ਦਾ ਬੂਟਾ ਆ ਜੀ, ਇਹਦੇ ਦੱਸਿਆ ਵੀ ਪੌਦੇ ਤਿਆਰ ਨਹੀਂ ਹੁੰਦੇ ਥੋੜੇ ਕੀਤੇ ਜੀ, ਕਿਉਂਕਿ ਇਹਦਾ ਸੀਡ ਹਾਰਡ ਹੁੰਦਾ ਜੀ। ਅੱਛਾ ਜੀ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਆ। ਹਾਂਜੀ, ਤੇ ਜੇ ਕਿਸੇ ਬੂਟੇ ਤਿਆਰ ਕਰਨੇ ਆ ਤਾਂ ਸਾਨੂੰ ਸੇਵਾ ਦੱਸੋ ਜੀ, ਅਸੀਂ ਬੂਟੇ ਤਿਆਰ ਕਰਕੇ ਦੇ ਦਾਂਗੇ, ਕੋਈ ਚਾਰਜਸ ਨਹੀਂ ਉਹਦੇ ਜੀ। ਨਹੀਂ, ਚਲੋ ਜੀ, ਜੀ ਬਹੁਤ ਸੋਹਣੀ ਗੱਲ ਆ ਜੀ, ਇਹ ਬਹੁਤ ਵਧੀਆ, ਮਤਲਬ ਕਿ ਇਹ ਦੇਖ ਕੇ ਬਹੁਤ ਚੰਗਾ ਲੱਗਦਾ ਕਿ ਇੱਕ ਦੂਜੇ ਦੀ ਜਿੱਦਾਂ ਹੈਲਪ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਆ, ਅਤੇ ਆਹ ਕਰਨਾ ਵੀ ਚਾਹੁੰਦੇ ਹਾਂ ਆਪਾਂ ਇੱਕ ਦੂਜੇ ਦੀ ਹੈਲਪ। ਅਤੇ ਮੈਂ ਤਾਂ ਕਹਿੰਦਾ ਇਸ ਚੀਜ਼ ਦਾ ਵੱਧ ਤੋਂ ਵੱਧ ਫਾਇਦਾ ਲਓ, ਸਾਰੇ ਆਪਣੇ ਵਿਊਸ ਨੂੰ ਕਹਿੰਦਾ ਕਿ ਜਿੰਨੀ ਵੀ ਕਿਸੇ ਕੋਲ ਵੀ ਹਿੰਮਤ ਹੈਗੀ, ਜਗ੍ਹਾ ਹੈਗੀ ਆ, ਉਹਦੇ ਵਿੱਚ ਪੇੜ ਪੌਦੇ ਲਗਾਓ, ਗੁਣਕਾਰੀ ਪੇੜ ਪੌਦੇ ਲਗਾਓ ਜ਼ਿਆਦਾ ਤੋਂ ਜ਼ਿਆਦਾ। ਅਤੇ ਇੱਕ ਮੈਂ ਬਾਬਾ ਜੀ ਨਾਲ ਗੱਲ ਵੀ ਕਰ ਰਿਹਾ, ਬਾਬਾ ਜੀ ਕੂੰਟਾ ਪਿੰਡ ਗਏ ਸੀ ਆਪਾਂ, ਤੁਹਾਨੂੰ ਯਾਦ ਹੋਣਾ, ਅਤੇ ਉੱਥੇ ਕੁਛ ਕੁ ਜਿੱਦਾਂ ਸਜਾਵਟ ਵਾਲੇ ਬੂਟੇ ਵੀ ਲਗਾਏ ਹੋਏ ਸੀਗੇ, ਅਤੇ ਬਾਬਾ ਜੀ ਨੇ ਇੱਕ ਗੱਲ ਸੁਜੈਸਟ ਵੀ ਕੀਤੀ ਸੀ ਕਿ ਚਲੋ ਸਜਾਵਟ ਵਾਲੇ ਵੀ ਲਗਾਓ ਪਿੰਡ ਦੇ ਵਿੱਚ ਆਲੇ ਦੁਆਲੇ, ਪਰ ਉਹਦੇ ਨਾਲ ਨਾਲ ਗੁਣਕਾਰੀ ਬੂਟੇ ਵੀ ਲਗਾਓ, ਕਿ ਪਿੰਡ ਦੇ ਵਿੱਚ ਜਿੱਦਾਂ ਚਲੋ ਉਹਨਾਂ ਨੇ ਜੰਗਲ ਲਗਾਇਆ ਸੀ ਬਹੁਤ ਵਧੀਆ ਸੀਗਾ, ਅਤੇ ਇਹੀ ਚਾਹੁੰਦੇ ਆਪਾਂ ਕਿ ਵੀ ਪੰਜਾਬ ਦੇ ਵਿੱਚ ਮੁੜ ਕੇ ਜਿੱਦਾਂ ਵੀ ਇਹ ਵਾਲੀ ਚੀਜ਼ ਜੰਗਲ ਲਗਾਓ, ਉਹਦੇ ਨਾਲ ਬਹੁਤ ਇੰਪੈਕਟ ਹੋਏਗਾ ਵਾਤਾਵਰਨ, ਤੇ ਹੋਰ ਕੀ ਕੁਝ ਪੰਛੀ ਜਿੱਦਾਂ ਸੀਗੇ ਪੁਰਾਣੇ ਸਾਡੇ, ਚਿੜੀਆਂ ਉਹ ਵੀ ਆਉਣਗੇ ਦੁਬਾਰਾ, ਸ਼ਾਰਕਾਂ ਹੁੰਦੀਆਂ ਸੀ, ਚਲੋ ਹੈਗੀਆਂ ਮੈਂ ਨਹੀਂ ਕਹਿੰਦਾ ਪਰ ਘੱਟ ਗਈਆਂ ਹੈ। ਤੇ ਬਾਕੀ ਚਲੋ ਪੇੜ ਪੌਦੇ ਤਾਂ ਜਿਹੜੇ ਲਾਉਣੇ, ਔਰਗੈਨਿਕ ਖੇਤੀ ਵੱਲ ਜਾਓ, ਜਿੱਦਾਂ ਇੱਧਰ ਆਪਣਾ ਨਾਮ ਚਰਨਜੀਤ ਸਿੰਘ, ਚਰਨਜੀਤ ਸਿੰਘ ਜੀ, ਤੇ ਚਰਨਜੀਤ ਸਿੰਘ ਹੁਣ ਵੀ ਜਿੱਦਾਂ ਅੱਜ ਦੱਸ ਰਹੇ ਸੀਗੇ ਕਿ ਇਹਨੇ ਕਾਫੀ ਔਰਗੈਨਿਕ ਜਿੱਦਾਂ ਖੇਤੀਬਾੜੀ ਦਾ ਕੰਮ ਕਰਦੇ ਆ, ਕਾਫੀ ਫਸਲਾਂ ਔਰਗੈਨਿਕ ਬੀਜੀਆਂ ਹੋਈਆਂ। ਮੈਂ ਤਾਂ ਹਜੇ ਇਸ ਮਾਮਲੇ ਦੇ ਵਿੱਚ ਜਿੱਦਾਂ ਕਾਫੀ ਸਾਰੀਆਂ ਫਸਲਾਂ ਬਾਰੇ ਮੈਨੂੰ ਪਤਾ ਵੀ ਨਹੀਂ, ਕਿਉਂਕਿ ਮੇਰਾ ਪ੍ਰੋਫੈਸ਼ਨ ਵੀ ਨਹੀਂ ਸੀਗਾ, ਤੇ ਹੁਣ ਇਹਨਾਂ ਕੋਈ ਜਾਣਿਆ। ਇੱਕ ਮੈਨੂੰ ਤੁਸੀਂ ਗੱਲ ਦੱਸੋ, ਜਿਹੜੀ ਤੁਸੀਂ ਇੱਕ ਕਣਕ ਦੀ ਗੱਲ ਕੀਤੀ ਸੀ, ਕਾਲੀ ਕਣਕ, ਹਾਂਜੀ, ਉਹ ਮੈਨੂੰ ਹੀ ਨਹੀਂ ਪਤਾ, ਹੋ ਸਕਦਾ ਹੋਰਾਂ ਨੂੰ ਵੀ ਨਾ ਪਤਾ ਹੋਵੇ ਜਿੱਦਾਂ ਮੈਨੂੰ ਨਹੀਂ ਪਤਾ ਸੀ ਜੀ, ਕਾਲੀ ਕਣਕ ਦਾ ਫਾਇਦਾ ਕੀ ਆ? ਫਾਇਦਾ ਐਵੇਂ ਆ ਜੀ, ਵੈਸੇ ਤਾਂ ਤੁਸੀਂ ਯੂਟਿਊਬ ਤੋਂ ਸਰਚ ਕਰ ਸਕਦੇ ਹੋ, ਬਹੁਤ ਲੰਬਾ ਲੈਕਚਰ ਹੈ ਇਹਦਾ। ਅੱਛਾ ਜੀ। ਵੈਸੇ ਜਿੰਨਾ ਕੁ ਸਾਨੂੰ ਦੱਸਿਆ ਗਿਆ ਜੀ,
ਉਹਦੇ ਮੁਤਾਬਕ ਜਿਵੇਂ ਕੈਂਸਰ ਦੇ ਜਰਮਸ ਪੈਦਾ ਹੁੰਦੇ ਆ ਬੋਡੀ ਦੇ ਅੰਦਰ, ਠੀਕ ਹੈ ਜੀ, ਉਹ ਪੈਦਾ ਨਹੀਂ ਹੋਣ ਦਿੰਦਾ ਜੀ, ਠੀਕ ਹੈ ਜੀ, ਰੂਟੀਨ 'ਚ ਅਗਰ ਤੁਸੀਂ ਖਾਂਦੇ ਹੋ ਜੀ, ਠੀਕ ਹੈ ਠੀਕ ਹੈ, ਨਹੀਂ ਬਹੁਤ ਸੋਹਣਾ, ਔਰ ਜੋ ਸੋਨਾ ਮੋਤੀ ਆ ਉਹ ਸ਼ੂਗਰ ਪੇਸ਼ੈਂਟ ਵਾਸਤੇ ਸੋਨਾ ਮੋਤੀ ਦੀ ਕਣਕ ਬਹੁਤ ਚੰਗੀ ਆ, ਠੀਕ ਹੈ ਜੀ, ਜਿਹੜੀ ਹੁਣ ਇਸ ਵਾਰ ਅਸੀਂ ਖਪਲੀ ਕਣਕ ਦੀ ਬਿਜਾਈ ਕਰੀ ਆ, ਖਪਲੀ ਕਣਕ ਦੇ ਵਿੱਚ ਮਿਨਰਲਸ ਬਹੁਤ ਜ਼ਿਆਦਾ ਨੇ, ਠੀਕ ਹੈ, ਵਿਟਾਮਿਨਸ ਬਹੁਤ ਜ਼ਿਆਦਾ ਨੇ, ਠੀਕ ਹੈ ਜੀ, ਔਰ ਉਹਦੀ ਟੈਸਟ ਰਿਪੋਰਟ ਕਰਾਵਾਂਗੇ ਕੀ ਆ, ਫਿਰ ਤੁਹਾਨੂੰ ਸਾਹਮਣੇ ਦੱਸ ਦਿੱਤਾ ਜਾਊਗਾ ਜੀ ਕੀ ਰਿਪੋਰਟ ਹੈ ਜੀ ਉਹਦੀ, ਬਹੁਤ ਵਧੀਆ ਜੀ, ਬਹੁਤ ਵਧੀਆ। ਬਾਬਾ ਜੀ ਇੱਕ ਗੱਲ ਦੱਸੋ ਜਿਹੜੀ ਤੁਹਾਨੂੰ ਮੈਂ, ਮੈਨੂੰ ਲੱਗਦਾ ਕਦੀ ਪੁੱਛੀ ਨਹੀਂ, ਤੁਸੀਂ ਔਰਗੈਨਿਕ ਕਦੀ ਕੁਛ ਇੱਥੇ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂ ਬੀਜਿਆ ਜਾਂ ਹਜੇ ਵੀ ਕਰ ਰਿਹਾ? ਮੈਂ ਕਦੀ ਪੁੱਛਿਆ ਨਹੀਂ ਤੁਹਾਨੂੰ, ਇੱਥੇ ਕੋਈ ਹੋਰ ਵਾੜਦਾ ਹੀ ਨਹੀਂ ਜੀ ਤਾਂ। ਕਿੱਦਾਂ ਜੀ? ਜਿੰਨਾ ਮੇਰੇ ਕੋਲ ਹੈ ਨਾ ਕਬਜ਼ਾ, ਹਾਂਜੀ, ਇਹਦੇ 'ਚ ਮੈਂ ਹੋਰ ਕੋਈ ਵਾੜਦਾ ਹੀ ਨਹੀਂ, ਸਾਰੇ ਔਰਗੈਨਿਕ। ਆਓ ਤੁਹਾਡੇ ਜੋ ਵੀ ਇੱਥੇ ਸਾਰੇ ਇਸ ਕਹਿ ਸਕਦੇ ਮਿੰਨੀ ਜੰਗਲ ਦੇ ਵਿੱਚ ਬੂਟੇ ਲੱਗੇ ਹੈ ਨਾ ਇਹ, ਨਹੀਂ ਮੈਂ ਕਣਕ ਦੀ ਗੱਲ ਕਰਦਾ, ਕਣਕ ਜਾਂ ਹੋਰ ਖਾਣ ਪੀਣ ਜਿੱਦਾਂ ਹੈਗੀਆਂ ਜੀ, ਹੈ ਠੀਕ ਆ, ਉਹ ਉਹਦੇ ਵਿੱਚ ਵੀ ਉਹਨਾਂ ਨੂੰ ਵੀ ਗਾਂ, ਉਹਨਾਂ ਨੂੰ ਖੁਰਾਕ ਵੀ ਔਰਗੈਨਿਕ ਹੀ ਮਿਲੇ। ਹਾਂਜੀ ਹਾਂਜੀ, ਬੀਜ ਤੁਸੀਂ ਲੈ ਆਓ, ਹਾਂਜੀ, ਉਹ ਬਦਲ ਜਾਂਦਾ ਜੇ ਤੁਸੀਂ ਅੱਜ ਯੂਰੀਏ ਪਾਉਣ ਲੱਗ ਪਏ, ਠੀਕ ਆ। ਤੁਸੀਂ ਜੋ ਵੀ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਜੀ, ਮੰਨ ਲਓ ਔਰਗੈਨਿਕ ਦਾ ਜੀ, ਉਹਨੂੰ ਕੀ ਮਤਲਬ ਸਲਾਹ ਕੀ ਦੇਣਾ ਚਾਹੁੰਦੇ ਆ, ਕਿੰਨੀ ਕੁ ਜ਼ਮੀਨ ਹੋਵੇ, ਕਿੱਦਾਂ ਉਹਦੇ ਤੋਂ ਫਸਲ ਕੱਢ ਸਕਦਾ ਉਹ, ਇਹ ਦੱਸੋ ਥੋੜਾ ਮਤਲਬ ਬਰੀਫਲੀ ਦੱਸੋ ਇਸ ਚੀਜ਼ ਬਾਰੇ। ਹਾਂਜੀ ਜੀ ਬਿਲਕੁਲ, ਉਹਨਾਂ ਨੂੰ ਪੂਰੀ ਸੇਧ ਦੇਵਾਂਗੇ ਕਿ ਵੀ ਤੁਸੀਂ ਆਪਦੇ ਪਰਿਵਾਰ ਵਾਸਤੇ ਸ਼ੁਰੂ ਕਰੋ ਕਿ ਜ਼ਹਿਰ ਮੁਕਤ, ਠੀਕ ਹੈ ਜੀ, ਜਿਹੜਾ ਫੂਡ ਆ ਉਹ ਤੁਸੀਂ ਲਓ, ਠੀਕ ਹੈ ਜੀ, ਠੀਕ ਹੈ, ਔਰ ਛੋਟੇ ਪੱਧਰ ਤੋਂ ਵੀ ਕੀਤਾ ਜਾ ਸਕਦਾ, ਠੀਕ ਹੈ ਜੀ, ਜ਼ਰੂਰੀ ਨਹੀਂ ਜ਼ਮੀਨਾਂ ਵਾਲੇ। ਮੇਰਾ ਕਈ ਵਾਰੀ ਡੈਰੀ ਡਿਪਾਰਟਮੈਂਟ 'ਚ ਲੈਕਚਰ ਹੁੰਦਾ, ਉੱਥੇ ਬਹੁਤ ਸਾਰੇ ਸਟੂਡੈਂਟ ਹੁੰਦੇ ਆ, ਉਹ ਕਹਿੰਦੇ ਆ ਜੀ, ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਵੀ ਕਿੰਨੀ ਪੈਲੀ ਹੈ ਤੁਹਾਡੇ ਕੋਲ, ਕੋਈ ਕਹਿੰਦਾ 5 ਖੇਤ, ਕੋਈ 7, ਮੈਂ ਕਿਹਾ ਜੀ ਮੈਂ ਤੁਹਾਡੇ ਸਾਹਮਣੇ ਮਿਸਾਲ ਹੈ, ਇੱਕ ਬੇ ਜ਼ਮੀਨਾ, ਇੱਕ ਬੇ ਘਰਾ ਬੰਦਾ, ਅੱਛਾ ਜੀ, ਘਰ ਮੇਰਾ ਅੱਜ ਵੀ ਨਹੀਂ ਬਣਿਆ, ਅੱਛਾ ਜੀ, ਠੀਕ ਹੈ ਜੀ, ਔਰ ਜ਼ਮੀਨ ਜ਼ਰੂਰ ਥੋੜ੍ਹੀ ਜਿਹੀ ਬਣ ਗਈ ਆ, ਪਰ ਮੇਰਾ ਫੋਕਸ ਵੀ ਜ਼ਮੀਨ ਵਾਸਤੇ ਹੀ ਆ ਜੀ, ਠੀਕ ਹੈ, ਕਿ ਜ਼ਮੀਨ ਵੱਧ ਤੋਂ ਵੱਧ ਲਈ ਜਾਵੇ। ਥੋੜ੍ਹੇ ਪੱਧਰ ਤੋਂ ਕੀਤਾ, ਬਹੁਤ ਸੋਹਣਾ ਮਾਲਕ ਨੇ ਕਿਰਪਾ ਕੀਤੀ ਆ, ਸਤਿਗੁਰਾਂ ਦਾ ਕੋਟਨ ਕੋਟਨ ਧੰਨਵਾਦ ਆ ਵੀ ਬਹੁਤ ਬਰਕਤਾਂ ਪੈ ਰਹੀਆਂ, ਕਿਉਂਕਿ ਜ਼ਹਿਰ ਮੁਕਤ ਜਿਹੜਾ ਇੱਕ ਚੀਜ਼ ਪੈਦਾ ਕਰ ਦੇਣੀ ਹੈ ਨਾ ਜੀ। ਕਈ ਵਾਰੀ ਮੈਨੂੰ ਕਈ ਸਵਾਲ ਕਰਦੇ ਕਿਸਾਨਾਂ ਨੇ ਕਿ ਵੀ ਜਿਹੜਾ ਇੰਨਾ ਫਰੂਟ ਤੁਸੀਂ ਖਾ ਲੈਂਦੇ ਜਾਂ ਕੀ ਕਰਦੇ ਹਾਂ, ਅਸੀਂ ਕਿਹਾ ਅਸੀਂ ਇਹ ਨਾ ਤਾਂ ਹਜੇ ਸੇਲ ਆਊਟ ਕਰਦੇ ਹਾਂ, ਠੀਕ ਆ, ਇਹ ਜਿਵੇਂ ਵੀ ਕੋਈ ਮਿਲਣ ਆਉਂਦਾ ਅਸੀਂ ਉਹਨਾਂ ਨੂੰ ਦੇ ਦੇਈਦਾ, ਹਲਦੀ ਦੀ ਖੇਤੀ ਕਰਦੇ ਹਾਂ, ਠੀਕ ਆ, ਹਲਦੀ ਦੇ ਦੇਈਦੀ ਹੈ, ਹਲਦੀ ਦੀ ਸੇਲ ਸ਼ੁਰੂ ਕਰ ਦਿੱਤੀ ਅਸੀਂ ਜੀ, ਅੱਛਾ ਜੀ, ਠੀਕ ਹੈ ਜੀ, ਕਿਉਂਕਿ ਘਰ ਦੇ ਕੁਛ ਖਰਚੇ ਵੀ ਨੇ ਉਹ ਵੀ ਕੱਢਣੇ ਨੇ ਜੀ, ਅਤੇ ਫਰੂਟ ਹਜੇ ਇਵੇਂ ਜਿਹੜਾ ਆ ਗਿਆ, ਤੁਸੀਂ ਸਾਡੇ ਕੋਲ ਆਉਂਗੇ ਆਲੂ ਬੁਖਾਰਾ ਲੱਗਾ ਦੇਖਿਓ, ਮੇਰਾ ਖਿਆਲ ਖਾਣ ਤੋਂ ਬਿਨਾਂ ਹੀ ਭੁੱਖ ਉਤਰ ਜਾਣੀ ਹੈ ਜੀ ਤੁਹਾਡੀ, ਦੇਖ ਕੇ ਜੀ, ਦੇਖ ਕੇ, ਨਹੀਂ ਹਜੇ ਨਹੀਂ ਪੱਕਾ ਜੀ, ਕੱਚਾ ਹੋ ਗਿਆ, ਆਲੂ ਬੁਖਾਰਾ ਹਜੇ ਨਹੀਂ ਜੀ, ਹਜੇ ਆਪਾਂ ਇੱਥੇ ਸਾਡੇ ਵੀ ਹੈਗੇ ਆ, ਹਾਂਜੀ, ਅੱਛਾ ਜੀ, ਅਤੇ ਸੋ ਹਾਂਜੀ ਅਸੀਂ ਤਾਂ ਇਹ ਕਹਾਂਗੇ ਵੀ ਬਗੈਰ ਖਾਦਾਂ ਤੋਂ ਸਪਰੇਆਂ ਤੋਂ, ਹਾਂਜੀ, ਫੂਡ ਜਿਹੜਾ ਹੈ ਉਹ ਔਰਗੈਨਿਕ ਹੀ ਖਾਓ, ਠੀਕ ਹੈ ਜੀ, ਨਹੀਂ ਬਿਲਕੁਲ ਇਹ ਗੱਲ ਚਾਹੀਦੀ ਆ, ਖਾਦ ਆਪਣੀ ਤਿਆਰ ਕਰੋ, ਬਰਮੀ ਕੰਪੋਸਟ ਆਪਣੀ ਤਿਆਰ ਕਰੋ ਜੀ, ਜਿਹਦੇ ਕੋਲ ਪਸ਼ੂ ਨਹੀਂ, ਗਡੋਏ ਨਹੀਂ ਹੈਗੇ, ਗੋਹਾ ਨਹੀਂ ਹੈਗਾ, ਉਹ ਆ ਵੇਸਟੇਜ ਬਾਬਾ ਜੀ ਕੋਲ ਮੈਂ ਦੱਸ ਰਿਹਾ ਸੀ ਵੀ ਜਿਹੜੇ ਆ ਪੱਤੇ ਪਏ ਨੇ ਇਹਨਾਂ ਪੱਤਿਆਂ ਨੂੰ ਤੁਸੀਂ ਇੱਕ ਡਸਟਬਿਨ ਦੇ ਵਿੱਚ ਡੰਪ ਕਰੋ, ਕਿਚਨ ਵੇਸਟੇਜ ਡੰਪ ਕਰੋ, ਇਹ ਇੱਕ ਅਲੱਗ ਖਾਦ ਬਣ ਜਾਣੀ ਹੈ ਜੀ, ਕੰਪੋਸਟ ਤਿਆਰ ਹੋ ਗਈ ਜੀ, ਬਿਲਕੁਲ ਸਹੀ ਕਿਹਾ ਜੀ ਗੱਲ। ਤੇ ਮੈਂ ਉਦਾਂ ਨਾ ਇੱਕ ਹੋਰ ਕੁਐਸਚਨ ਪੁੱਛਣਾ ਸੀ ਤੁਹਾਡੇ ਕੋਲ, ਤੁਸੀਂ ਚਲੋ ਦੱਸਤਾ ਜੇ ਕਿਸੇ ਨੇ ਕੰਮ ਸ਼ੁਰੂ ਕਰਨਾ ਆ ਉਹਦੀ ਤੁਸੀਂ ਮਤਲਬ ਕਿ ਵੀ ਇੱਕ ਹੈਲਪ ਕਰੋਗੇ ਜੀ, ਪੂਰਾ ਗਾਈਡ ਕਰੋਗੇ ਉਹਨੂੰ ਜਾਂ ਉਹਨੂੰ ਗਾਈਡ ਕਰੋਗੇ ਜਿੱਦਾਂ ਵੀ ਆ, ਪਰ ਇੱਕ ਮੇਰੀ ਗੱਲ ਹੋਰ ਪੁੱਛਣਾ ਚਾਹੁੰਦਾ ਸੀ ਮੈਂ ਤੁਹਾਨੂੰ ਕਿ
ਹੁਣ ਬਹੁਤ ਸਾਰੇ ਸਾਡੇ ਜਿੱਦਾਂ ਯੂਥ ਆ ਉਹ ਬਾਹਰ ਜਾ ਰਿਹਾ ਜੀ, ਚਾਹੇ ਕੁਛ ਚੰਗੇ ਕੰਮ ਵੀ ਕਰ ਰਿਹਾ ਬਾਹਰ ਜਾ ਕੇ, ਜਿੱਦਾਂ ਕੋਈ ਵੈਲ ਐਜੂਕੇਟਡ ਜਾ ਰਿਹਾ, ਇੱਥੋਂ ਪੜ੍ਹ ਕੇ ਜਾ ਰਿਹਾ, ਉੱਥੇ ਜਾ ਕੇ ਸਟੱਡੀ ਕਰ ਰਿਹਾ, ਚੰਗੀਆਂ ਜੋਬਾਂ ਤੇ ਲੱਗ ਰਿਹਾ, ਇਹ ਚ ਕੋਈ ਮਾੜੀ ਗੱਲ ਨੀ, ਵਧੀਆ ਗੱਲ ਆ, ਪਰ ਕੁਝ ਦੇਖੋ ਦੇਖੀ ਜਾ ਰਹੇ ਆ ਜਾ ਕੇ ਉੱਥੇ, ਕਾਫੀ ਮਤਲਬ ਕਿ ਵੀ ਮਿਹਨਤ ਕਰਨੀ ਪੈਂਦੀ ਆ ਉੱਥੇ ਵੀ, ਜਿੱਦਾਂ ਕਾਫੀ ਕੰਟਰੀਜ਼ ਦੇ ਵਿੱਚ, ਕਾਫੀ ਕੰਟਰੀਜ਼ ਦੇ ਵਿੱਚ ਜਿੱਦਾਂ ਮਾਰਾਮਾਰੀ ਜ਼ਿਆਦਾ ਹੋ ਗਈ ਹੈ, ਅਤੇ ਕੈਨੇਡਾ ਦੇ ਵਿੱਚ ਕਾਫੀ ਸਟੂਡੈਂਟ ਆ, ਦੇਖੀ ਦਾ ਆਪਣੇ ਵੀ ਰਿਲੇਟਿਵਸ ਗਏ ਆ ਦੱਸਦੇ ਉਹ। ਮੇਰਾ ਤੁਹਾਨੂੰ ਇਹ ਪੁੱਛਣ ਦਾ ਮਕਸਦ ਇਸ ਗੱਲ ਦਾ ਹੈ ਕਿ ਜੇ ਕੋਈ ਇਹ ਕੰਮ ਸ਼ੁਰੂ ਕਰੇਗਾ ਜੀ, ਕੀ ਉਹਦੇ ਵਿੱਚ ਉਹਦਾ ਚੰਗਾ ਰੋਜ਼ੀ ਰੋਟੀ ਦਾ ਸਰ ਸਕਦਾ ਹੈ, ਬੈਨੀਫਿਟ ਹੈਗਾ ਇਹਦੇ ਵਿੱਚ ਉਸ ਹਿਸਾਬ ਨਾਲ ਜੇ ਸੋਚਿਆ ਜਾਵੇ ਪ੍ਰੋਫੈਸ਼ਨ ਅਤੇ ਇਨਕਮ ਦੇ ਸਾਧਨ? ਮੈਂ ਬੇਨਤੀ ਕਰਾਂ ਜੀ, ਹਾਂਜੀ, 20 ਸਾਲ ਪਹਿਲਾਂ ਮੈਂ ਸ਼ੁਰੂ ਕਰਿਆ ਸੀ, ਇੱਕ ਦਿਨ ਦਾ ਸਫ਼ਰ ਨਹੀਂ ਹੈਗਾ ਜੀ। ਨਹੀਂ ਬਿਲਕੁਲ ਜੀ, ਇਹ ਤਾਂ ਮੈਂ ਮੰਨਦਾ ਵੀ ਉਸ ਵਕਤ, ਹਾਂਜੀ, ਮੈਂ ਇੱਕ ਸਕੂਟਰ ਸੀ ਮੇਰੇ ਕੋਲ ਜੀ, ਜੀ, ਜਿਸ ਦਿਨ ਮੈਂ ਮੇਲੀ ਪਿੰਡ ਦੇ ਵਿੱਚ ਆਇਆ ਸੀ, ਮੇਰਾ ਪਿੰਡ ਬੇਸਿਕਲੀ ਅਕਾਲਗੜ੍ਹ ਹੈ ਜੀ, ਠੀਕ ਹੈ ਜੀ, ਭਾਈ ਲਾਲ ਸਿੰਘ ਵਾਲਾ ਜੀ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ। ਔਰ ਇੱਕ ਬੇਜ਼ਮੀਨਾ ਬੇਘਰਾ ਬੰਦਾ ਇੱਥੇ ਤੱਕ ਪਹੁੰਚ ਸਕਦਾ, ਜਿਹਦੀ ਟਰਨਓਵਰ ਕਰੀਬ 2 ਕਰੋੜ 'ਤੇ ਪਹੁੰਚ ਗਈ ਹੈ ਜੀ, ਵਾਹ ਜੀ ਵਾਹ, ਬਹੁਤ ਸੋਹਣਾ। ਅਤੇ ਜ਼ਮੀਨਾਂ ਵਾਲੇ ਕਿਉਂ ਨਹੀਂ ਪਹੁੰਚ ਸਕਦੇ ਜੀ, ਜ਼ਮੀਨਾਂ ਵਾਲੇ ਕਿਉਂ ਨਹੀਂ ਪਹੁੰਚ ਕਿਉਂ ਨਹੀਂ ਪਹੁੰਚ ਸਕਦੇ ਜੀ? ਬਿਲਕੁਲ ਜੀ, ਬਿਲਕੁਲ, ਠੀਕ ਹੈ ਜੀ। ਔਰ ਤੁਹਾਡੀ ਦਇਆ ਨਾਲ, ਵਾਹਿਗੁਰੂ ਦੇ ਆਸ਼ੀਰਵਾਦ ਸਦਕਾ, ਇਸ ਵੇਲੇ ਮੇਰੇ ਖਿਆਲ 6-7 ਟਰੈਕਟਰ ਹੋਣੇ ਨੇ ਜੀ ਸਾਡੇ ਕੋਲ ਵੱਡੇ, ਨਹੀਂ ਚਲੋ ਬਹੁਤ ਵੱਡੀ ਮਸ਼ੀਨਰੀ, 1.5 ਕਰੋੜ ਦੀ ਮਸ਼ੀਨਰੀ ਖੜੀ ਹੈ ਜੀ ਸਾਡੇ ਕੋਲ। ਅਤੇ ਜੇ ਮੈਂ ਪਹੁੰਚ ਸਕਦਾ ਤਾਂ ਜ਼ਮੀਨਾਂ ਵਾਲੇ ਕਿਉਂ ਨਹੀਂ ਪਹੁੰਚ ਸਕਦੇ? ਮੈਂ ਇੱਕ ਉਹਦਾ ਇੱਕੋ ਹੀ ਗੱਲ ਦੱਸਣਾ ਚਾਹੁੰਦਾ, ਜਿਹਦਾ ਗੁਜ਼ਾਰਾ ਇੱਥੇ ਮਤਲਬ ਨਹੀਂ ਚੱਲਦਾ ਜੀ, ਉਹ ਬਾਹਰ ਜਾਵੇ ਕਮਾਈ ਕਰਕੇ ਆਪਣੇ ਵਤਨ ਪਰਤੇ ਜੀ, 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 ਉੱਥੇ ਦਾ ਵਸਨੀਕ ਨਾ ਹੋਵੇ, ਬਿਲਕੁਲ, ਆਪਣਾ ਆਪਣੀ ਮਿੱਟੀ ਨਾ ਛੱਡੋ। ਅੱਜ 30 ਲੱਖ ਦੇ ਕੇ ਬਾਹਰ ਭੇਜ ਦੇ, ਨਹੀਂ ਬਿਲਕੁਲ ਸਹੀ ਗੱਲ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ, ਇਹੀ ਗੱਲ ਆ ਆਪਣਾ ਇੱਥੇ ਸਰ ਸਕਦਾ ਜਿਹਦਾ, ਉਹੀ ਗੱਲ ਆ ਜਿੱਦਾਂ ਤੁਸੀਂ ਦੱਸੀ ਵੀ ਜਿਹਦਾ, ਹਾਂਜੀ, ਨਹੀਂ ਹਾਰਡ ਵਰਕਿੰਗ, ਡੈਫੀਨੇਟਲੀ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ, ਮੇਰਾ ਸਹਿਯੋਗ ਮੇਰੀ ਵਾਈਫ ਨੇ ਬਹੁਤ ਦਿੱਤਾ ਜੀ, 16 ਪਸ਼ੂ ਤੱਕ ਅਸੀਂ ਕੋਈ ਨੌਕਰੀ ਨਹੀਂ ਰੱਖਿਆ, ਘਿਓ ਦਾ ਕੰਮ ਸਾਰਾ ਇਹਨਾਂ ਦੇ, ਅੱਜ ਵੀ ਇਹਨਾਂ ਦੇ ਕੋਲ ਹੀ ਆ ਜੀ ਘਿਓ ਦਾ ਕੰਮ, ਘਿਓ ਆਰਡਰ 'ਤੇ ਦਿੰਦੇ ਹਾਂ ਜੀ ਅਸੀਂ, ਘਿਓ ਨੂੰ ਤਾਂ ਨਹੀਂ ਔਰਗੈਨਿਕ ਕਹਿ ਸਕਦੇ, ਪਰ ਮੈਂ ਇਹਦਾ ਦਾਅਵਾ ਨਹੀਂ ਕਰਦਾ ਔਰਗੈਨਿਕ ਦਾ ਵੀ ਘਿਓ ਔਰਗੈਨਿਕ ਹੋਏ ਦਾ, ਪਰ ਇਹ ਆ ਵੀ ਦੇਸੀ ਗਾਵਾਂ ਦਾ, ਮੱਝਾਂ ਦਾ ਟਿਕਟਾਂ 'ਤੇ ਵੇਚਦੇ ਹਾਂ ਜੀ, ਅੱਜ ਦੀ ਡੇਟ 'ਚ ਵੀ ਤੱਤਾ ਧਰਦੇ ਹਾਂ ਜੀ, ਪੜੋਲੀ 'ਚ ਪੁਰਾਣਾ ਸਾਰਾ, ਫਿਰ ਉਹ ਮਸ਼ੀਨਾਂ ਆ ਗਈਆਂ ਨਾ ਜੀ, ਹੁਣ ਤਾਂ ਮਸ਼ੀਨਾਂ ਸਾਡੇ ਟਾਈਮ ਤੇ ਆ ਗਿਆ ਕਰ ਛੋਟੇ ਹੁੰਦੇ ਆ, ਜਾਗਦਾ ਆ ਕੇ ਸਵੇਰ ਨੂੰ ਚਾਟੀ 'ਚ ਪਾ ਕੇ ਰੜਕਦੇ ਆ, ਹਾਂਜੀ ਹਾਂਜੀ, ਜਿਹੜਾ ਮੱਖਣ ਆਉਂਦਾ ਉਹਨੂੰ ਬੋਇਲ ਕਰਦੇ ਆ ਜੀ, ਠੀਕ ਆ, ਠੀਕ ਆ, ਨਹੀਂ ਬਹੁਤ ਸੋਹਣਾ ਜੀ, ਚਲੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਖਾਸ ਤੌਰ 'ਤੇ ਇੰਨੀ ਦੂਰੋਂ ਆਏ ਆ ਬਾਬਾ ਜੀ ਨੂੰ ਮਿਲਣਾ, ਅਤੇ ਬਹੁਤ ਚੰਗਾ ਲੱਗਾ ਜੀ, ਧੰਨਵਾਦ ਜੀ, ਧੰਨਵਾਦ ਧੰਨਵਾਦ, ਬਸ ਇੱਕ ਨਹੀਂ ਇਹ ਤਾਂ ਹੈ ਜੀ, ਚਲੋ ਮੈਂ ਵੀ ਇਸੇ ਕਰਕੇ ਆਉਂਦਾ ਰਹਿੰਦਾ, ਮੈਨੂੰ ਸਿੱਖਣ ਨੂੰ ਮਿਲਦਾ ਰਹਿੰਦਾ ਇੱਥੇ ਕੁਛ, ਜਿੰਨਾ ਮਰਜ਼ੀ ਸ਼ਡਿਊਲ ਜਿੱਦਾਂ ਮਰਜ਼ੀ ਹੋਵੇ, ਟਾਈਮ ਮੈਂ ਹਰ ਹਫ਼ਤੇ ਲਗਭਗ ਨਿਕਲ ਕੱਢਣਾ ਹੀ ਹੁੰਦਾ ਜੀ, ਹਾਂਜੀ, ਵਿੱਚ ਸਲੋ ਕੀਤਾ ਸੀ ਕੰਮ, ਹੋ ਗਿਆ ਸੀ, ਮੈਂ ਜਾਜੇ ਤੋਂ, ਹਾਂਜੀ ਜਾਜਾ ਪਿੰਡ ਪੜ੍ਹਦੇ ਹੋਣੇ ਜੀ, ਬਿਲਕੁਲ ਸਹੀ ਗੱਲ ਤੁਹਾਡੀ, ਅੱਛਾ ਜੀ, ਨਹੀਂ ਬਹੁਤ ਸੋਹਣਾ, ਅੱਛਾ ਜੀ, ਚਲੋ ਓਬਵੀਅਸਲੀ ਇਹ ਤਾਂ ਹੈ ਜੀ, ਕਿੰਨੀ ਏਜ ਤੁਹਾਡੀ ਜੀ? 67, ਲਾਸਟ ਈਅਰ ਮੈਂ ਰਿਟਾਇਰ ਹੋਈ ਹਾਂ, ਅੱਛਾ ਜੀ, ਅੱਛਾ, ਮੈਂ ਵੀ ਉੱਥੇ ਜਾ ਕੇ ਨਰਸਿੰਗ ਕਰ ਲਈ, ਫਿਰ ਹਸਪੀਟਲ 'ਚ ਹੀ ਸਾਰੀ ਜ਼ਿੰਦਗੀ, ਸਰਜੀਕਲ ਹਸਪੀਟਲ 'ਚ, ਅੱਛਾ ਜੀ, ਉੱਥੇ ਕੰਮ ਕਰਦੀ ਰਹੀ, ਲਾਸਟ ਈਅਰ ਹੁਣ
ਠੀਕ ਆ ਸਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਇਨਫੋਰਮੇਸ਼ਨ ਦੇਣ ਲਈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ।